ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਦੀਵਾਨ ਵੱਲੋਂ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਰਾਹੀਂ ਬੱਚਿਆਂ ਨੂੰ ਗੱਲਬਾਤ ਕੀਤੀ ਜਾਏਗੀ। ਬੱਚੇ ਪੰਜਾਬੀ ਭਾਸ਼ਾ ਬਾਰੇ ਅਤੇ ਸਿੱਖੀ ਬਾਰੇ ਉਹਨਾਂ ਦੀ ਕੀ ਰਾਏ ਆ ਲਈ ਜਾਏਗੀ, ਉਹਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਪੰਜਾਬੀ ਲਿਖਣ ਬੋਲਣ ਅਤੇ ਗੁਰਮਤਿ ਨਾਲ ਜੁੜਨ ਦੀ। ਅਸੀਂ ਬੱਚਿਆਂ ਨਾਲ ਵਿਚਾਰ ਵਟਾਂਦਰਾ ਕਰਾਂਗੇ, ਬੱਚਿਆਂ ਦੇ ਸਵਾਲ ਜਵਾਬ ਉਹਨਾਂ ਰਾਹੀਂ ਰਾਏ ਲਵਾਂਗੇ ਕੀ ਸੋਚਦੇ ਇਸ ਚੀਜ਼ ਬਾਰੇ। ਸੋ ਅਸੀਂ ਬੱਚਿਆਂ ਨੂੰ ਪਹਿਲਾਂ ਸਵਾਲ ਕਰਦੇ ਹਾਂ, ਬੱਚਿਓ ਤੁਸੀਂ ਕੀ ਸੋਚ ਰਹੇ ਕਿ ਪੰਜਾਬੀ ਭਾਸ਼ਾ ਸਿੱਖਣੀ ਕਿਉਂ ਜ਼ਰੂਰੀ ਆ, ਕੋਈ ਜਵਾਬ ਦਿਓ ਆਪਣਾ। ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿੱਖਣੀ ਇਸ ਕਰਕੇ ਜ਼ਰੂਰੀ ਆ ਕਿਉਂਕਿ ਸਾਡੀ ਮਾਂ ਬੋਲੀ ਆ। ਇੱਕ ਤਰ੍ਹਾਂ ਨਾਲ ਜਦੋਂ ਆਪਾਂ ਪੈਦਾ ਹੁੰਦੇ ਹਾਂ ਉਹ ਇੱਕ ਤਰ੍ਹਾਂ ਨਾਲ ਸਾਨੂੰ ਇੱਕ ਗਿਫਟ ਆ, ਇੱਕ ਦਾਤ ਆ, ਅਤੇ ਸਾਨੂੰ ਕੁਛ ਇੱਕ ਕਿਸੇ ਜੇ ਕਲਚਰ ਨੂੰ ਅੱਗੇ ਲੈ ਕੇ ਜਾਣਾ ਹੋਵੇ ਬਹੁਤ ਬਹੁਤ ਜ਼ਰੂਰੀ ਆ ਕਿ ਹਰ ਬੱਚਾ ਹਰ ਅਗਲੀ ਪੀੜ੍ਹੀ ਉਸ ਉਹਨਾਂ ਚੀਜ਼ਾਂ ਨੂੰ ਉਹਨਾਂ ਰਿਵਾਜ਼ਾਂ ਨੂੰ ਉਹਨਾਂ ਰੀਤੀਆਂ ਨੂੰ ਉਹਨਾਂ ਭਾਸ਼ਾਵਾਂ ਨੂੰ ਸਿੱਖੇ ਅਤੇ ਨਾ ਸਿਰਫ ਬੋਲਣਾ ਪਰ ਲਿਖਣਾ ਵੀ ਸਿੱਖੇ, ਸੁਣਨਾ ਪੜ੍ਹਨਾ। ਅਤੇ ਹਾਲਾਂਕਿ ਅੱਜ ਦੇ ਟਾਈਮ ਵਿੱਚ ਹਾਂਗਕਾਂਗ 'ਚ ਰਹਿੰਦੇ ਹੋਏ ਸਾਨੂੰ ਉਹਦੀ ਇੰਨੀ ਲੋੜ ਨਹੀਂ ਹੈਗੀ ਪਰ ਸਟਿਲ ਉਸ ਇੰਨੇ ਸਦੀਆਂ ਪੁਰਾਣੇ ਕਲਚਰ ਇੰਨੇ ਸਦੀਆਂ ਪੁਰਾਣੇ ਜਿਹਨੂੰ ਕਹਿੰਦੇ ਸੱਭਿਆਚਾਰ ਨੂੰ ਅੱਗੇ ਲੈ ਕੇ ਜਾਣ ਵਾਸਤੇ ਭਾਸ਼ਾ ਸਿੱਖਣ ਦੀ ਲੋੜ ਹੈ। ਹਾਂਜੀ, ਮੇਰੇ ਵਿਚਾਰ ਵੀ ਪ੍ਰਭ ਸ਼ਰਨ ਨਾਲ ਮਿਲਦੇ ਨੇ ਅਤੇ ਮੈਨੂੰ ਇਹ ਵੀ ਲੱਗਦਾ ਆ ਵੀ ਆਪਾਂ ਨੂੰ ਸਿੱਖਣੀ ਜ਼ਰੂਰੀ ਆ ਕਿਉਂਕਿ ਆਪਣੀ ਗੁਰਬਾਣੀ, ਆਪਣਾ ਇਤਿਹਾਸ, ਬਹੁਤ ਆਪਣੀਆਂ ਕਿਤਾਬਾਂ ਪੰਜਾਬੀ ਵਿੱਚ ਹਨ। ਜਿਹੜੀ ਟ੍ਰਾਂਸਲੇਸ਼ਨ ਜਦੋਂ ਪੰਜਾਬੀ ਤੋਂ ਇੰਗਲਿਸ਼ ਦੀ ਹੁੰਦੀ ਆ ਉਹਦੇ ਵਿੱਚ ਬਹੁਤ ਕੀਮਤੀ ਚੀਜ਼ਾਂ ਗੁਆਚ ਜਾਂਦੀਆਂ ਨੇ ਅਤੇ ਉਹ ਔਥੈਂਟਿਕ ਨਹੀਂ ਹੁੰਦੀਆਂ। ਜੇ ਆਪਾਂ ਨੂੰ ਪੰਜਾਬੀ ਨਹੀਂ ਆਊਗੀ, ਗੁਰਮੁਖੀ ਨਹੀਂ ਆਊਗੀ ਤਾਂ ਆਪਾਂ ਆਪਣਾ ਇਤਿਹਾਸ ਕਿੱਦਾਂ ਪੜ੍ਹਾਂਗੇ, ਗੁਰਬਾਣੀ ਕਿੱਦਾਂ ਪੜ੍ਹਾਂਗੇ? ਜੇ ਆਪਾਂ ਨੂੰ ਅਰਥ ਨਹੀਂ ਸਮਝ ਆਉਣਗੇ ਤਾਂ ਆਪਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਉਹਨਾਂ ਨੂੰ ਇਸਤੇਮਾਲ ਕਰਾਂਗੇ? ਸੋ ਪੰਜਾਬੀ ਸਿੱਖਣੀ ਬਹੁਤ ਜ਼ਰੂਰੀ ਆ ਅਤੇ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਖਾਉਣ ਵਾਸਤੇ ਵੀ ਬਹੁਤ ਜ਼ਰੂਰੀ, ਕਿਉਂਕਿ ਜੇ ਆਪਣੀ ਪੰਜਾਬੀ ਮਾਂ ਬੋਲੀ ਨਹੀਂ ਰਹੂਗੀ ਤਾਂ ਆਪਣਾ ਸੱਭਿਆਚਾਰ ਕਿੱਥੋਂ ਰਹੂਗਾ? ਇਸ ਲਈ ਆਪਾਂ ਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਆ। ਹਾਂਜੀ, ਮੈਂ ਵੀ ਮੰਨਦੀ ਹਾਂ ਵੀ ਪੰਜਾਬੀ ਬਹੁਤ ਜ਼ਰੂਰੀ ਆ। ਜਦੋਂ ਆਪਾਂ ਦੂਜੇ ਆਪਾਂ ਖੁਦ ਦੇ ਬੱਚੇ ਚਾਹੁੰਦੇ ਵੀ ਆਪਾਂ ਸਪੈਨਿਸ਼ ਸਿੱਖੀਏ, ਫਰੈਂਚ ਸਿੱਖੀਏ ਜਾਂ ਅੰਗਰੇਜ਼ੀ ਸਿੱਖੀਏ, ਪਰ ਆਪਾਂ ਇਹ ਕਦੋਂ ਆਪਾਂ ਕਦੋਂ ਨਹੀਂ ਕਹਿੰਦੇ ਵੀ ਆਪਾਂ ਪੰਜਾਬੀ ਵੀ ਸਿੱਖੀਏ? ਇਹ ਵੀ ਸਾਡੀ ਮਾਂ ਬੋਲੀ ਆ, ਸਾਨੂੰ ਇਹਦੇ ਵਿੱਚ ਵੀ ਇੰਟਰਸਟ ਰੱਖਣਾ ਚਾਹੀਦਾ ਹੈ। ਜਦੋਂ ਆਪਾਂ ਪੰਜਾਬ ਵਿੱਚ ਜਾਂਦੇ ਹਾਂ ਆਪਾਂ ਦੇਖਦੇ ਸਾਰੇ ਚੀਜ਼ਾਂ ਪੰਜਾਬੀ ਵਿੱਚ ਹੀ ਲਿਖੀਆਂ ਅਤੇ ਫਿਰ ਆਪਾਂ ਆਪਣੇ ਕੰਟਰੀ ਵਿੱਚ ਹੀ ਫੋਰਨਰ ਬਣ ਜਾਂਦੇ ਹਾਂ। ਇਹ ਇੱਕ ਚੰਗੀ ਗੱਲ ਨਹੀਂ ਆ, ਇਸ ਕਰਕੇ ਸਾਨੂੰ ਪੰਜਾਬੀ ਸਿੱਖਣੀ ਚਾਹੀਦੀ ਆ। ਅਤੇ ਜਿੱਦਾਂ ਹਰਪਿੰਦਰ ਭੈਣ ਨੇ ਬੋਲਿਆ ਆ ਵੀ ਸਾਡੀ ਜਿਹੜੀ ਗੁਰਬਾਣੀ ਆ ਉਹ ਸਭ ਪੰਜਾਬੀ ਵਿੱਚ ਹੈ, ਗੁਰਮੁਖੀ ਵਿੱਚ ਹੈ, ਅਤੇ ਉਹਦੇ ਵਿੱਚ ਸਾਨੂੰ ਜੇ ਆਪਾਂ ਸਮਝਣਾ ਚਾਹੁੰਦੇ ਹਾਂ ਨਾ ਇਕੱਲਾ ਪੜ੍ਹੀਏ ਪਰ ਆਪਾਂ ਸਮਝੀਏ ਵੀ ਆਪਣੀ ਗੁਰਬਾਣੀ ਨੂੰ। ਮੈਨੂੰ ਲੱਗਦਾ ਪੰਜਾਬੀ ਸਿੱਖਣੀ ਚਾਹੀਦੀ ਹੈ ਕਿਉਂਕਿ ਆਪਣਾ ਇਤਿਹਾਸ ਆ, ਅਤੇ ਜੇ ਆਪਣਾ ਇੱਕ ਕੰਪੀਟੀਸ਼ਨ ਹੁੰਦਾ ਆਪਾਂ ਨੂੰ ਕਈ ਵਾਰ ਜਵਾਬ ਦੇਣੇ ਪੈਂਦੇ ਆ, ਫਿਰ ਆਪਾਂ ਨੂੰ ਪੰਜਾਬੀ ਮਾਂ ਬੋਲੀ 'ਚ ਦੇਣੇ ਪੈਂਦੇ ਆ, ਅਤੇ ਇਤਿਹਾਸ ਵਿੱਚ ਜੋ ਸਵਾਲ ਪੁੱਛਣਗੇ ਉਹਦੇ ਜਵਾਬ ਆਪਾਂ ਨੂੰ ਪੰਜਾਬੀ ਬੋਲੀ 'ਚ ਦੇਣੇ ਪੈਂਦੇ ਆ। ਕਮਿਊਨੀਕੇਟ ਕਰਨ ਵਾਸਤੇ ਪੰਜਾਬੀ ਸਿੱਖਣੀ ਚਾਹੀਦੀ ਆ। ਅਤੇ ਹਾਂਗਕਾਂਗ 'ਚ ਇੱਕੋ ਇੱਕ ਗੁਰਦੁਆਰਾ ਸਾਹਿਬ ਆ, ਅਤੇ ਹਾਂਗਕਾਂਗ 'ਚ ਫਿਰ ਜੇ ਬੱਚੇ ਜਿਹੜੇ ਆਪਣੇ ਯੂਥ ਹੈ ਉਹ ਕਿਉਂ ਨਹੀਂ ਆਉਂਦੇ ਜਾਂ ਬਹੁਤ ਘੱਟ ਆਉਂਦੇ ਆ, ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈਗੇ? ਮੈਨੂੰ ਲੱਗਦਾ ਕਿ ਇਸ ਚੀਜ਼ ਦੇ ਬਹੁਤ ਸਾਰੇ ਕਾਰਨ ਆ। ਜਿਹੜਾ ਸਭ ਤੋਂ ਵੱਡਾ ਕਾਰਨ ਉਹ ਇਹ ਆ ਕਿ ਸਾਡੀ ਯੂਥ ਇੱਕ ਤਰ੍ਹਾਂ ਨਾਲ ਵੰਡੀ ਗਈ ਆ ਕਿ ਕੋਈ ਕਿਸੇ ਗਰੁੱਪ 'ਚ ਆ, ਕੋਈ ਕਿਸੇ ਗਰੁੱਪ 'ਚ ਆ, ਉਹ ਫਿਰ ਨਹੀਂ ਆਉਂਦੇ। ਦੂਸਰੀ ਗੱਲ ਟਾਈਮ ਕਾਰਨ ਹੋ ਸਕਦਾ, ਹੁਣ ਜਿਹੜੇ ਬੱਚੇ ਵੱਡੇ ਹੋ ਗਏ ਨੇ ਉਹਨਾਂ ਕੋਲ ਕਾਫੀ ਸਕੂਲ ਦਾ ਕੰਮ ਹੁੰਦਾ ਹੈ ਹੋਰ ਵੀ, ਤਾਂ ਉਹਨਾਂ ਕੋਲ ਸੰਡੇ ਵਾਲੇ ਦਿਨ ਨਹੀਂ ਆਇਆ ਜਾਂਦਾ, ਮੇ ਬੀ ਉਹ ਵੀਕਡੇ 'ਤੇ ਆਉਂਦੇ ਨੇ। ਅਤੇ ਫਿਰ ਕਈ ਮੈਨੂੰ ਲੱਗਦਾ ਕਿ ਉਹ ਦੂਰ ਸਿੱਖੀ ਤੋਂ ਬਸ ਦੂਰ ਹੀ ਆ, ਕਿ ਇਹਦੇ ਅੰਦਰ ਮਾਪਿਆਂ ਦਾ ਵੀ ਹੋ ਸਕਦਾ ਕਿ ਉਹਨਾਂ ਨੇ ਮੇ ਬੀ ਘਰ ਉਹੋ ਜਿਹਾ ਵਾਤਾਵਰਣ ਨਹੀਂ ਰੱਖਿਆ ਕਿ ਬੱਚੇ ਸਿੱਖ ਸਕਣ, ਕਿ ਜ਼ਿਆਦਾਤਰ ਮਾਪੇ ਵੀ ਕੰਮ 'ਤੇ ਹੁੰਦੇ ਨੇ ਅਤੇ ਬੱਚਿਆਂ ਦਾ ਕੋਈ ਉਸ ਪੱਖੋਂ ਧਿਆਨ ਨਹੀਂ ਰੱਖਦਾ। ਅਤੇ ਇਹ ਦੋ ਤਿੰਨ ਕਾਰਨ, ਤੁਹਾਨੂੰ ਕੀ ਲੱਗਦਾ? ਕਾਰਨ ਕਾਫੀ ਨੇ। ਪਹਿਲਾਂ ਹੁਣ ਜੋ ਮਾਹੌਲ ਬਣ ਗਿਆ ਆ ਕਰੋਨਾ ਕਰਕੇ ਜੋ ਵੀ ਆ ਉਹਦੇ ਕਰਕੇ ਔਲਰੈਡੀ ਬਹੁਤ ਘੱਟ ਹੋ ਗਿਆ। ਦੂਜਾ ਆਪਣੇ ਗੁਰੂ ਘਰ ਵਿੱਚ ਕੰਸਟਰਕਸ਼ਨ ਹੋ ਰਹੀ ਆ, ਸੋ ਜਗ੍ਹਾ ਕਰਕੇ ਵੀ ਕਾਫੀ ਮਤਲਬ ਬੱਸਾਂ ਨਹੀਂ ਆ ਰਹੀਆਂ ਸਟੇਟਾਂ ਦੀਆਂ, ਉਹ ਵੀ ਇਹ ਤਾਂ ਉੱਤੇ ਉੱਤੇ ਵਾਲੇ ਕਾਰਨ ਹੋ ਗਏ।
ਜਿਹੜੇ ਆਪਾਂ ਡੂੰਘੇ ਵਿੱਚ ਜੇ ਜਾਈਏ, ਡੂੰਘੇ ਵਿਚਾਰ ਕਰੀਏ ਤਾਂ ਉਸਤਾਦਾਂ ਦੀ ਕਮੀ ਆ ਇੱਥੇ। ਜੇ ਇੱਥੇ ਆਪਣੇ ਕੋਲ ਇੱਕ ਸਾਲ ਵਾਸਤੇ ਵੀ ਇੱਕ ਪੱਕਾ ਉਸਤਾਦ ਹੋਵੇ ਤਾਂ ਉਹਦੇ ਨਾਲ ਬਹੁਤ ਬਦਲਾਵ ਆ ਸਕਦਾ। ਆਪਾਂ ਇੱਥੇ ਕੀ ਹੁੰਦਾ, ਆਪਣੇ ਸਮਰ ਕੈਂਪ ਹੁੰਦੇ ਆ, ਇੱਕ ਦੋ ਮਹੀਨੇ ਲਾ ਜਾਂਦੇ ਆ, ਬੱਚੇ ਆ ਜਾਂਦੇ, ਉਸ ਤੋਂ ਬਾਅਦ ਮੁੜ ਕੇ ਕੋਈ ਧਿਆਨ ਨਹੀਂ ਦਿੰਦਾ। ਬਾਕੀ ਕੰਟਰੀਆਂ ਵਿੱਚ ਦੇਖੋ, ਉਹਨਾਂ ਦੇ ਇੱਕ ਅੱਧਾ ਉਸਤਾਦ ਤਾਂ ਪੱਕਾ ਹੁੰਦਾ ਹੀ ਆ, ਜਿਹੜਾ ਸੰਗੀਤ ਸਿਖਾਉਂਦਾ, ਗੱਤਕਾ ਸਿਖਾਉਂਦਾ, ਗੁਰਬਾਣੀ ਸੰਥਿਆ ਸਿਖਾਉਂਦਾ। ਸੋ ਸਾਡੇ ਸਾਡੇ ਵੀ ਇਹ ਹੈਗੇ ਆ ਖਵਾਹਿਸ਼ ਵੀ ਸਾਡੇ ਵੀ ਇੱਥੇ ਇੱਕ ਪੱਕਾ ਉਸਤਾਦ ਕੋਈ ਹੋਵੇ ਜਿਨ੍ਹਾਂ ਨੂੰ ਪੂਰਾ ਗਿਆਨ ਹੋਵੇ, ਪੜ੍ਹੇ ਲਿਖੇ ਹੋਣ, ਉਹਨਾਂ ਨੂੰ ਸੰਪਰਦਾਵਾਂ ਵਿੱਚ ਰਹਿ ਕੇ ਆਏ ਹੋਣ, ਉਹਨਾਂ ਨੂੰ ਪਤਾ ਹੋਵੇ ਵੀ ਕਿੱਦਾਂ ਬੱਚਿਆਂ ਨੂੰ, ਨੌਜਵਾਨਾਂ ਨੂੰ ਕਿੱਥੇ ਕਿੱਥੇ ਕੀ ਸਿਖਾਉਣਾ। ਸੋ ਐਂਡ ਜਿਵੇਂ ਪ੍ਰਭਸ਼ਰ ਨੇ ਕਿਹਾ ਆ, ਘਰ ਦਾ ਮਾਹੌਲ ਵੀ ਹੁੰਦਾ। ਜੇ ਘਰ ਨਹੀਂ ਕੋਈ ਤੁਹਾਡਾ ਮਾਹੌਲ ਬਣਾਊਗਾ ਵੀ ਤੁਸੀਂ ਗੁਰੂ ਘਰ ਜਾਓ ਜਾਂ ਸਿੱਖੀ ਵੱਲ ਆਓ, ਆਪਣੇ ਆਪਣੇ ਧਰਮ ਨੂੰ ਸਿੱਖੋ, ਆਪਣੇ ਇਤਿਹਾਸ ਨੂੰ ਸਿੱਖੋ, ਤਾਂ ਉਹ ਵੀ ਇੱਕ ਬਹੁਤ ਵੱਡਾ ਉਹਨਾਂ ਦਾ ਹੁੰਦਾ ਆ, ਕੰਟਰੀਬਿਊਸ਼ਨ ਹੁੰਦਾ ਉਹਨਾਂ ਦਾ। ਅਤੇ ਇੱਕ ਹੋਰ ਇੱਕ ਮਾਹੌਲ ਦੀ ਗੱਲ ਵੀ ਹੁੰਦੀ ਹੈ, ਜਦੋਂ ਮੈਂ ਆਪਣੀ ਗੱਲ ਕਰਦੀ, ਜਦੋਂ ਮੈਂ ਗੁਰਦੁਆਰਾ ਸਾਹਿਬ ਆਉਂਦੀ ਹਾਂ, ਮੈਂ ਕਥਾ ਸੁਣ ਲੈਂਦੀ, ਕਵਿਸ਼ਰੀ ਸੁਣ ਲਈ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਕਹਿਣਾ ਕੀ ਚਾਹੁੰਦੇ ਆ। ਇਹੀ ਮੈਨੂੰ ਲੱਗਦਾ ਇੱਕ ਗੈਪ ਰਹਿ ਗਈ ਆਪਣੇ ਜਿਹੜੇ ਨੌਜਵਾਨ ਹੈ ਅਤੇ ਹੁਣ ਜਿਹੜੀ ਸਾਡੇ ਯੂਨੋ ਸਾਡੇ ਵੱਡੇ ਆ, ਵੀ ਸਾਨੂੰ ਜਿਹੜੇ ਬੱਚੇ ਆਉਂਦੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਬੋਲਣ ਕੀ ਦੇ, ਸਮਝਾਉਣ ਕੀ ਦੇ ਆ, ਸੇਵਾ ਆਪਾਂ ਕਿਉਂ ਕਰਦੇ ਹਾਂ, ਆਪਾਂ ਚੌਰ ਸਾਹਿਬ ਕਾਹਤੋਂ ਕਰਦੇ, ਇਹ ਚੀਜ਼ਾਂ ਦੀ ਮੀਨਿੰਗ ਨਹੀਂ ਪਤਾ ਨੌਜਵਾਨਾਂ ਨੂੰ, ਇਸ ਕਰਕੇ ਉਹਨਾਂ ਨੂੰ ਕਨੈਕਸ਼ਨ ਜਿਹਾ ਨਹੀਂ ਬਣਦਾ। ਕਿਉਂਕਿ ਜੇ ਆਪਾਂ ਇਕੱਲੀ ਪੰਜਾਬੀ ਜਿੱਥੇ ਗੁਰਬਾਣੀ ਇਕੱਲੀ ਪੜ੍ਹੀਏ ਫਿਰ ਨਹੀਂ ਸਾਨੂੰ ਸਮਝ ਆਉਂਦੀ, ਪਰ ਸਾਨੂੰ ਉਹਦੇ ਨਾਲ ਵੀ ਮੀਨਿੰਗ ਵੀ ਸਮਝ ਆਉਣੀ ਚਾਹੀਦੀ ਵੀ ਆਪਾਂ ਕਿਉਂ ਇੱਦਾਂ ਕਰਦੇ ਹਾਂ, ਆਪਾਂ ਮੱਥਾ ਕਾਹਤੋਂ ਟੇਕਦੇ, ਆਪਾਂ ਹੱਥ ਕਾਹਤੋਂ ਧੋਂਦੇ ਹਾਂ, ਸਾਰੀ ਚੀਜ਼ਾਂ ਦੀ ਮੀਨਿੰਗ ਦੱਸਣੀ ਚਾਹੀਦੀ ਨੌਜਵਾਨਾਂ ਨੂੰ। ਦੇ ਜਾਣੇ ਨੂੰ ਲੱਗਦਾ ਕਿ ਲਾਈਕ ਘਰ ਵਾਲੇ ਦੂਰ ਆ, ਫਿਰ ਇੰਨਾ ਸਮਾਂ ਲੱਗਦਾ ਗੁਰਦੁਆਰੇ ਪਹੁੰਚਣ ਨੂੰ, ਅਤੇ ਬਾਅਦ 'ਚ ਗੁਰਦੁਆਰੇ ਤਾਂ ਲਾਈਕ ਇੱਕ ਅੱਧਾ ਘੰਟਾ ਬਹਿਣਾ ਹੁੰਦਾ, ਫਿਰ ਇੰਨਾ ਚਿਰ ਲਾਈਕ ਕਾਹਤੋਂ ਲੱਗ ਗਏ ਇੱਥੇ ਆਉਣ ਨੂੰ। ਜਿਸ ਤਰ੍ਹਾਂ ਉਹਨੇ ਗੁਰੂ ਅਮ੍ਰਿਤਾ ਦੀਦੀ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਲੱਗਦਾ ਜਾਂ ਸਮਝ ਨਹੀਂ ਲੱਗਦੀ, ਬਟ ਮੈਨੂੰ ਕਦੀ ਕਦੀ ਲੱਗਦਾ ਕਿ ਕੁਛ ਹੱਦ ਤੱਕ ਇਹ ਵੀ ਚੀਜ਼ ਇੱਕ ਤਰ੍ਹਾਂ ਦਾ ਬਹਾਨਾ ਆ, ਮਤਲਬ ਤੁਹਾਨੂੰ ਨਹੀਂ ਮੈਂ ਕਹਿ ਰਹੀ ਪਰਸਨਲੀ, ਪਰ ਮੈਨੂੰ ਥੋੜ੍ਹਾ ਜਿਹਾ ਲੱਗਦਾ ਕਿ ਇੱਕ ਤਰ੍ਹਾਂ ਦਾ ਬਹਾਨਾ, ਕਿਉਂਕਿ ਅੱਜ ਕੱਲ੍ਹ ਸਾਡੇ ਫੋਨਾਂ ਰਾਹੀਂ, ਇੰਟਰਨੈਟ ਰਾਹੀਂ ਆਪਾਂ ਕੁਛ ਵੀ ਲੱਭਣਾ ਹੋਵੇ, ਇੱਕ ਕਲਿੱਕ ਅਵੇ ਹੁੰਦੀ ਉਹ ਇਨਫੋਰਮੇਸ਼ਨ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਵੀ ਚੌਰ ਸਾਹਿਬ ਕਿਉਂ ਹੁੰਦੇ ਆ, ਤੁਸੀਂ ਗੂਗਲ ਕਰ ਸਕਦੇ ਹਾਂ ਅਤੇ ਤੁਹਾਨੂੰ 100 ਸੈਂਕੜੇ ਇਹੋ ਜਿਹੇ ਰਿਸੋਰਸਿਸ ਮਿਲ ਜਾਣਗੇ ਜਿੱਥੇ ਤੁਸੀਂ ਵੱਖਰੇ ਵੱਖਰੇ ਪੜ੍ਹ ਸਕਦੇ ਹਾਂ, ਵਿਚਾਰ ਦੇਖ ਸਕਦੇ ਹੋ ਵੀ ਚੌਰ ਸਾਹਿਬ ਕਿਉਂ ਹੁੰਦਾ ਆ, ਕੋਈ ਇਤਿਹਾਸ ਦਾ ਕੋਈ ਇੱਦਾਂ ਦੀ ਚੀਜ਼ ਜਿਹੜੀ ਤੁਹਾਨੂੰ ਕਲੀਅਰ ਨਹੀਂ ਹੈਗੀ। ਜੇ ਮੰਮਾ ਪਾਪਾ ਨੂੰ ਨਹੀਂ ਪਤਾ ਤੁਸੀਂ ਗੂਗਲ 'ਤੇ ਸਰਚ ਕਰ ਲਓ, ਅੱਜ ਕੱਲ੍ਹ ਬੇਸਿਕਸ ਆਫ ਸਿੱਖੀ ਦੀਆਂ ਵੀ ਵੀਡੀਓਜ਼ ਹੈਗੀਆਂ ਨੇ, ਹੋਰ ਵੀ ਯੂਟਿਊਬ 'ਤੇ ਵੀ ਵੀਡੀਓਜ਼ ਹੈਗੀਆਂ ਨੇ। ਸੋ ਮੈਨੂੰ ਲੱਗਦਾ ਜਦੋਂ ਅੱਜ ਕੱਲ੍ਹ ਦੇ ਨੌਜਵਾਨ ਇਹ ਗੱਲ ਕਹਿੰਦੇ ਨਾ ਕਿ ਜੀ ਸਾਨੂੰ ਸਮਝ ਨਹੀਂ ਲੱਗਦੀ ਜਾਂ ਸਾਨੂੰ ਕੋਈ ਟਾਈਮ ਨਹੀਂ ਹੈਗਾ, ਜਾਂ ਜੀ ਆਪਾਂ ਕਿਵੇਂ ਮੇਕ ਸ਼ੋਰ ਕਰੀਏ ਜੋ ਆਪਾਂ ਪੜ੍ਹ ਰਹੇ ਹੋ ਸਹੀ ਆ, ਆਪਾਂ ਬਿਲੀਵ ਕਿਉਂ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਔਨਲਾਈਨ ਹੈਗੀਆਂ ਨੇ। ਜੇ ਤੁਹਾਡੇ ਅੰਦਰ ਸੱਚੀ ਉਹ ਉਤਸ਼ਾਹ ਆ, ਅਤੇ ਜੇ ਉਹ ਉਤਸ਼ਾਹ ਮਤਲਬ ਬਾਹਰੋਂ ਆਪਾਂ ਕ੍ਰੀਏਟ ਕਰਨਾ ਨਾ ਵੀ ਸਾਡੇ ਗੁਰਦੁਆਰੇ ਦੇ ਵੱਡੇ ਹੋ ਗਏ ਜਾਂ ਘਰ ਦੇ ਵੱਡੇ ਹੋ ਗਏ, ਅਤੇ ਜੇ ਉਤਸ਼ਾਹ ਪੈਦਾ ਹੋ ਜਾਵੇ ਤਾਂ ਉਹ ਫਿਰ ਆਪੇ ਤੁਸੀਂ ਗੂਗਲ ਕਰੋਗੇ, ਆਪੇ ਤੁਸੀਂ ਵੇਖੋਗੇ ਵੀ ਕਿਹੜੀ ਚੀਜ਼ ਸਮਝ ਨਹੀਂ ਲੱਗਦੀ, ਉਹਨੂੰ ਤੁਸੀਂ ਸਮਝੋ। ਪਹਿਲਾਂ ਤਾਂ ਕੁਝ ਮੈਂ ਜੋ ਬੱਚਿਆਂ ਨੇ ਦੱਸਿਆ ਨਾ ਉਹਨਾਂ ਦੇ ਸੰਬੰਧ 'ਚ ਮੈਂ ਵੀ ਕੁਝ ਆਪਣੇ ਵਿਚਾਰ ਦੇਣਾ ਚਾਹੁੰਦਾ, ਅਤੇ ਮੈਂ ਬੱਚਿਆਂ ਦੇ ਜਾਂ ਜੋ ਜਵਾਬ ਨੇ ਸੁਣੇ ਨੇ। ਜਿਹੜੀ ਆਪਣੀ ਗੱਲ ਸ਼ੁਰੂ ਹੋਈ ਸੀ ਉਹ ਸੀ ਵੀ ਪੰਜਾਬੀ ਭਾਸ਼ਾ ਅਤੇ ਗੁਰਮਤ ਬਾਰੇ, ਤਾਂ ਸਭ ਤੋਂ ਪਹਿਲਾਂ ਜਿੱਦਾਂ ਬੱਚਿਆਂ ਨੂੰ ਪੁੱਛਿਆ ਵੀ ਪੰਜਾਬੀ ਕਿਉਂ ਜ਼ਰੂਰੀ, ਬੱਚਿਆਂ ਨੇ ਆਪਣੇ ਆਪਣੇ ਜਵਾਬ ਦਿੱਤੇ, ਵਧੀਆ ਸਨ, ਬਿਲਕੁਲ ਸਹੀ ਸਨ, ਮਤਲਬ ਸਾਰਿਆਂ ਦੇ ਥੋੜ੍ਹਾ ਥੋੜ੍ਹਾ ਡਿਫਰੈਂਸ ਸੀ। ਅਤੇ ਮੇਨ ਸਭ ਤੋਂ ਪਹਿਲਾਂ ਇਹ ਹੈ ਵੀ ਦੇਖੋ ਆਪਾਂ ਸਿੱਖ ਹਾਂ, ਠੀਕ ਹੈ ਨਾ, ਆਪਣੇ ਗੁਰੂ ਕੌਣ ਨੇ ਇਸ ਟਾਈਮ, ਆਪਣੇ ਮੌਜੂਦਾ ਗੁਰੂ ਕੌਣ ਨੇ, ਗੁਰੂ ਗ੍ਰੰਥ ਸਾਹਿਬ, ਉਹਨਾਂ ਦੀ ਭਾਸ਼ਾ ਕਿਹੜੀ, ਗੁਰਮੁਖੀ। ਸੋ ਜੇ ਅਸੀਂ ਆਪਣੇ ਗੁਰੂ ਦੇ ਨਾਲ ਕੁਨੈਕਟ ਕਰਨਾ ਤਾਂ ਜਿਹੜੀ ਗੁਰੂ ਦੀ ਭਾਸ਼ਾ ਹੈ ਉਹ ਸਾਨੂੰ ਆਉਣੀ ਚਾਹੀਦੀ ਹੈ, ਠੀਕ, ਭਾਵੇਂ ਜਿੰਨੀਆਂ ਮਰਜ਼ੀ ਦੁਨੀਆਂ 'ਚ ਭਾਸ਼ਾਵਾਂ ਆ ਜਾਣ, ਇੰਗਲਿਸ਼ ਆਪਣੀ ਸਭ ਤੋਂ ਆਪਣੇ ਵਾਸਤੇ ਸਭ ਤੋਂ ਇੰਪੋਰਟੈਂਟ ਬੋਲੀ ਪੰਜਾਬੀ, ਆਪਾਂ ਨੂੰ ਕੋਈ ਹੀਨ ਭਾਵਨਾ ਨਹੀਂ ਹੋਣੀ ਚਾਹੀਦੀ ਪੰਜਾਬੀ ਬੋਲਣ 'ਚ ਜਾਂ ਸੁਣਨ ਦੇ ਵਿੱਚ, ਠੀਕ ਹੈ। ਔਰ ਆਪਣਾ ਜਿਹੜਾ ਲਿਟਰੇਚਰ ਹੈ, ਇੰਨਾ ਮਹਾਨ ਲਿਟਰੇਚਰ ਆਪਣੇ ਜਿਹੜੇ ਸਕੋਲਰ ਨੇ ਆਪਣੇ ਬੱਚਿਆਂ ਨੂੰ ਅਜੇ ਪਤਾ ਨਹੀਂ ਹੈਗਾ ਵੀ ਭਾਈ ਕਾਨ ਸਿੰਘ ਨਾਭਾ, ਭਾਈ ਵੀਰ ਸਿੰਘ ਜੀ, ਉਹਨਾਂ ਦੀਆਂ ਰਚਨਾਵਾਂ ਇੰਨੀਆਂ ਇੰਨੀਆਂ ਸੋਹਣੀਆਂ ਨੇ, ਇੰਨਾ ਵਧੀਆ ਉਹਨਾਂ ਨੇ ਇਤਿਹਾਸ ਨੂੰ ਇੰਨੇ ਵਧੀਆ ਮਤਲਬ ਹਿਸਟਰੀ ਨੂੰ ਫਿਕਸ਼ਨ ਦੇ ਨਾਲ ਮਿਕਸ ਕਰਕੇ ਇੱਦਾਂ ਲਿਖਿਆ ਹੋਇਆ ਨਾ ਵੀ ਇੰਨਾ ਜ਼ਿਆਦਾ ਇੰਟਰਸਟਿੰਗ ਹੈ ਜਿਹਨੂੰ ਤੁਸੀਂ ਪੜ੍ਹੋਗੇ। ਹੁਣ ਸਕੂਲਾਂ ਦੇ ਵਿੱਚ ਵੀ ਤੁਸੀਂ ਫਿਕਸ਼ਨਲ ਬੁੱਕਸ ਪੜ੍ਹੀਆਂ ਹੋਣਗੀਆਂ। ਹੁਣ ਅੱਜ ਕੱਲ੍ਹ ਬੜੀ ਵੱਡੇ ਮਤਲਬ ਆਪਣੇ ਧਰਮ ਦੇ ਵਿੱਚ ਕਈ ਲੋਕ ਕਹਿੰਦੇ ਨੇ ਵੀ ਇਹ ਚੀਜ਼ਾਂ ਮਿਥਿਹਾਸ ਹੈ ਜਾਂ ਕੁਝ, ਇਹ ਸਾਰੇ ਬਹਾਨੇ ਨੇ, ਕਿਉਂਕਿ ਕਿਸੇ ਵੀ ਚੀਜ਼ ਨੂੰ ਜੇ ਆਪਾਂ ਕਿਸੇ ਦੇ ਅੰਦਰ ਤੱਕ ਮਤਲਬ ਪਹੁੰਚਾਉਣਾ ਸਹੀ ਤਰੀਕੇ ਨਾਲ ਤਾਂ ਉਹਨੂੰ ਇੱਕ ਇੰਟਰਸਟਿੰਗ ਵੇ ਦੇ ਨਾਲ ਪੇਸ਼ ਕੀਤਾ ਜਾਂਦਾ ਉਸ ਚੀਜ਼ ਨੂੰ। ਅਤੇ ਇਸ ਕਰਕੇ ਜਿਹੜੀ ਫਿਕਸ਼ਨ ਹੁੰਦਾ ਉਹਦਾ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੇ ਨੋਵਲ ਹੁੰਦੇ ਨੇ ਉਹ ਰੀਅਲ ਨਹੀਂ ਹੁੰਦੇ,
पर उन्हूं पढ़ के जिहड़ा पढ़न वाला रीडर हुंदा उन्हूं बहुत ही कोई वधिया मैसेज भी मिलता उन्हें तो बहुत चंगा असर भी हुंदा। तो जिहड़े अपने विद्वान होए उन्हां दा जिहड़ा लिटरेचर है पंजाबी दे विच बहुत ही वधिया है। तुसीं सुंदरी नावल पंजाबी च पढ़ो, प्यारे दा प्यारा पढ़ो, बाबा नौ सिंह दा नावल पढ़ो, भाई वीर सिंह दीआं रचनावां इन्नियां ने, होर बड़े अपने विद्वान ने प्रोफेसर पूरन सिंह, महा भाई कान सिंह नाभा, उन्हां तुसीं शायद सापां सारिआं दे नाम ही ना सुने होण, और उन्हां दा लिटरेचर सारा गुरमुखी दे विच इन्ना ज़्यादा पिया ना। अजे अपना धर्म नवां है, 550 साल होए ने, ठीक है ना। जिमें जिमें आपां डिवेलप होवांगे, अपने बच्चे बोली नाल जुड़नगे, अपने इतिहास नूं पढ़नगे, तो जदों उस चीज़ नूं आपां अगे जिहदा तुहाडी इंग्लिश वधिया होएगी उहनूं अगे जाके तुसीं वधिया इंग्लिश दे विच ट्रांसलेट करोगे, फिर जो दूजे लोग पढ़नगे उहनां नूं भी पता लगेगा भी सिखिज़म दा जिहड़ा लिटरेचर किन्ना वधिया है। हुण जिहड़ा दूजे देशां दा लिटरेचर है ਉਹ ਮਤਲਬ ਯੂਰਪ ਦਾ ਜਾਂ ਅਮੈਰੀਕਾ ਦਾ, ਉਹਨਾਂ ਦਾ ਉਲੱਥਾ ਪੰਜਾਬੀ ਜਾਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਹੋ ਚੁੱਕਾ ਹੈ। ਸਾਰੇ ਦੇਸ਼ਾਂ ਦੇ ਲੋਕ ਉਹਨੂੰ ਪੜ੍ਹਦੇ ਨੇ ਅਤੇ ਕਹਿੰਦੇ ਨੇ ਵੀ ਬੜਾ ਵਧੀਆ ਹੈ ਨਾ। ਤੋ ਜਦੋਂ ਆਪਣਾ ਜਿਹੜਾ ਲਿਟਰੇਚਰ ਹੈ ਉਹਦਾ ਉਲੱਥਾ ਦੂਜੀਆਂ ਭਾਸ਼ਾਵਾਂ 'ਚ ਹੋਏਗਾ, ਉਹ ਤਾਂ ਹੀ ਹੋ ਸਕਦਾ ਜੇ ਆਪਣੇ ਬੱਚੇ ਪੰਜਾਬੀ ਨੂੰ ਚੰਗੀ ਤਰ੍ਹਾਂ ਸਿੱਖਣਗੇ ਡੀਪਲੀ, ਅਤੇ ਫਿਰ ਹੀ ਉਹਨੂੰ ਟ੍ਰਾਂਸਲੇਟ ਕਰ ਸਕਦੇ ਨੇ। ਔਰ ਦੂਜੀ ਗੱਲ ਇਹ ਆ ਵੀ ਪੰਜਾਬੀ ਕਿਸੇ ਵੀ ਧਰਮ ਨੂੰ ਜੇ ਜਿੰਦਾ ਰੱਖਣਾ ਤਾਂ ਉਹਦੀ ਜਿਹੜੀ ਬੋਲੀ ਉਹਨੂੰ ਜ਼ਰੂਰੀ ਹੈ, ਠੀਕ ਹੈ ਨਾ। ਜੇ ਆਪਾਂ ਜਿਵੇਂ ਅੰਮ੍ਰਿਤਾ ਨੇ ਕਿਹਾ ਸੀ ਵੀ ਦੂਜੀਆਂ ਭਾਸ਼ਾਵਾਂ ਸਿੱਖਣਾ ਚਾਹੁੰਦੇ ਹਾਂ, ਸਪੈਨਿਸ਼ ਜਾਂ ਹੈ ਨਾ, ਇਸੇ ਤਰ੍ਹਾਂ ਸਾਨੂੰ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਸਿੱਖਣੀ ਚਾਹੀਦੀ ਹੈ, ਔਰ ਬਹੁਤ ਜ਼ਰੂਰੀ ਹੈ ਕਿਉਂਕਿ ਆਪਣੀ ਮਾਂ ਬੋਲੀ ਹੈ, ਆਪਣਾ ਗੁਰੂ ਗ੍ਰੰਥ ਸਾਹਿਬ ਉਸ ਭਾਸ਼ਾ ਵਿੱਚ ਲਿਖਿਆ ਹੋਇਆ। ਅਤੇ ਬਾਕੀ ਇਹ ਹੈ ਵੀ ਗੁਰਬਾਣੀ ਜਿਹੜੇ ਤੁਸੀਂ ਕਹਿ ਰਹੇ ਵੀ ਸਾਨੂੰ ਸਮਝ ਨਹੀਂ ਆਉਂਦੀ ਸੇਵਾ ਕਿਉਂ ਕਰਨੀ ਚਾਹੀਦੀ, ਇਹ ਦੋਵੇਂ ਚੀਜ਼ਾਂ ਇੰਟਰਕੁਨੈਕਟਡ ਨੇ, ਬਾਣੀ ਅਤੇ ਇਤਿਹਾਸ, ਠੀਕ ਹੈ। ਜਦੋਂ ਆਪਾਂ ਬਾਣੀ ਪੜ੍ਹਾਂਗੇ ਉਹਦੇ 'ਚ ਸਾਨੂੰ ਸਾਰੇ ਸੰਕਲਪਾਂ ਬਾਰੇ ਪਤਾ ਲੱਗੇਗਾ ਵੀ ਅਸੀਂ ਇਸ ਦੁਨੀਆ 'ਚ ਕਿਉਂ ਆਏ ਹਾਂ, ਸਾਡਾ ਉਦੇਸ਼ ਕੀ ਹੈ, ਅਤੇ ਅਸੀਂ ਰੱਬ ਦੇ ਨਾਲ ਕਿੱਦਾਂ ਮਿਲ ਸਕਦੇ ਹਾਂ। ਸੇਵਾ ਅਤੇ ਸਿਮਰਨ ਇਹ ਮਾਧਿਅਮ ਨੇ, ਸੇਵਾ ਕਰਨ ਸੇਵਾ ਹੱਥਾਂ ਦੇ ਨਾਲ ਸੇਵਾ ਕਰਾਂਗੇ ਆਪਾਂ ਲੰਗਰ 'ਚ ਆਪਣੇ ਮਨ 'ਚ ਜਿਹੜਾ ਹੰਕਾਰ ਜਿਹੜਾ ਖਤਮ ਹੋਏਗਾ, ਸਿਮਰਨ ਕਰਾਂਗੇ ਸਿਮਰਨ ਦੇ ਨਾਲ ਆਪਾਂ ਜਿਹੜਾ ਮਨ ਆਪਣਾ ਇਕਾਗਰ ਹੋਏਗਾ, ਆਪਾਂ ਰੱਬ ਦੇ ਨਾਲ ਜੁੜਾਂਗੇ, ਅਤੇ ਜਿਹੜਾ ਹੰਕਾਰ ਵੀ ਆਉਂਦਾ ਉਹ ਸੇਵਾ ਨਾਲ ਖਤਮ ਹੁੰਦਾ। ਜੇ ਬੰਦਾ ਸਿਮਰਨ ਵੀ ਕਰਦਾ ਨਾ ਜਾਂ ਧਾਰਮਿਕ ਪਾਠ ਕਰਦਾ ਨਿਤਨੇਮ ਕਰਦਾ, ਉਹ ਸੋਚਦਾ ਮੈਂ ਦੂਜਿਆਂ ਨਾਲੋਂ ਵਧੀਆ, ਮੈਂ ਜ਼ਿਆਦਾ ਪਾਠ ਕਰ ਰਿਹਾ ਵਾਂ, ਠੀਕ ਹੈ ਨਾ। ਅਤੇ ਜੇ ਸੇਵਾ ਕਰੇਗਾ ਫਿਰ ਉਹਦਾ ਹੰਕਾਰ ਦੱਬਿਆ ਜਾਏਗਾ। ਸੋ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਨੇ, ਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ। ਨਾਲ ਇੱਕ ਚੀਜ਼ ਦੇਖੋ, ਤੁਸੀਂ ਹੁਣ ਦੂਜੇ ਕੰਟਰੀਆਂ ਦੇ ਲੋਕ ਉਹ ਸਿੱਖ ਧਰਮ ਨੂੰ ਅਡੋਪਟ ਕਰ ਰਹੇ ਆ, ਤੁਸੀਂ ਵੇਖੋ ਇੰਟਰਨੈਟ 'ਤੇ ਵੀ ਗੋਰੇ ਵੀ ਆ ਕਾਲੇ ਵੀ ਆ, ਇਟ ਮੀਨਸ ਵੀ ਉਹਨਾਂ ਨੂੰ ਜਿਹੜੀ ਸਿੱਖ ਫਿਲੋਸਫੀ ਹੈ ਉਹ ਅੱਛੀ ਲੱਗਦੀ ਆ, ਉਹਨਾਂ ਨੂੰ ਕੋਈ ਨਵੀਂ ਚੀਜ਼ ਇਹ 'ਚੋਂ ਲੱਭੀ ਹੈ ਉਹ, ਕਿਉਂਕਿ ਇਹਨਾਂ ਨੇ ਜਿੱਦਾਂ ਦੱਸਿਆ ਵੀ ਧਰਮ ਸਾਡਾ ਬਿਲਕੁਲ ਨਵਾਂ। ਔਰ ਹੁਣ ਕਰੋਨਾ ਕਾਲ 'ਚ ਤੁਸੀਂ ਦੇਖੋ ਲੰਗਰ ਥਾਂ ਥਾਂ ਲੱਗਣ ਕਰਕੇ ਈਵਨ ਇੰਟਰਨੈਸ਼ਨਲ ਮੀਡੀਆ ਨੇ ਵੀ ਇਹ ਚੀਜ਼ ਨੂੰ ਅੱਛਾ ਸਮਝਿਆ ਵੀ ਇਹ, ਔਰ ਸਾਰਿਆਂ ਦਾ ਧਿਆਨ ਸਿੱਖ ਧਰਮ ਵਾਲੇ ਪਾਸੇ ਗਿਆ। ਇਟ ਮੀਨਸ ਜਿਹੜੀ ਸਾਡੀ ਫਿਲੋਸਫੀ ਆ ਗੁਰੂ ਨਾਨਕ ਸਾਹਿਬ ਨੇ ਦਿੱਤੀ ਬੜੀ ਇਜ਼ੀ ਹੈ, ਹੈ ਨਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਤਿੰਨ ਪ੍ਰਿੰਸੀਪਲ ਹੀ ਅਸੀਂ ਜੇ ਬਾਕੀਆਂ ਨੂੰ ਦੱਸ ਦਈਏ ਨਾ ਤਾਂ ਸਮਝੋ ਵੀ ਆਪਣਾ ਜਿਹੜਾ ਵਾ ਉਦੇਸ਼ ਪੂਰਾ ਹੋ ਜਾਂਦਾ ਵਾ।